ਮੇਰਾ ਨਾਮ ਸੰਨੀ ਹੈ ਜੀ, ਅਸੀਂ ਬਸਤੀ ਪੀੜਾਂ ਦੇ ਨਿਵਾਸੀ ਹਾਂ ਅਤੇ ਜਿੱਦਾਂ ਕਿ ਬਾਜਵਾ ਸਾਹਿਬ ਅੱਜ ਆਏ ਸੀਗੇ ਸਾਡੇ ਕੋਲ ਪਾਣੀ ਵਾਸਤੇ ਮੁੱਦੇ ਨੂੰ ਗੱਲ ਲੈ ਕਰਕੇ, ਸਾਡੀ ਪੂਰੀ ਗਲੀ ਨੇ ਜੀ ਬਸਤੀ ਦਾ ਪਾਣੀ ਕਿਸੇ ਹੋਰ ਕਲੋਨੀ 'ਚ ਦੇਣ ਦੀ ਗੱਲ ਕੀਤੀ ਜਾ ਰਹੀ ਸੀਗੀ, ਸੋ ਅਸੀਂ ਉਹਨਾਂ ਨੂੰ ਮਨਾ ਕੀਤਾ, ਲੇਕਿਨ ਉਸ ਚੀਜ਼ ਨੂੰ ਲੈ ਕੇ ਉਹ ਗੁੱਸੇ ਹੋ ਗਏ, ਨਾਰਾਜ਼ ਹੋ ਗਏ, ਸੋ ਨਾਲ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਵੀ ਆਇਆ, ਥੋੜ੍ਹੀ ਦੇਰ ਬਾਅਦ ਉਹਨਾਂ ਦਾ ਬੇਟਾ ਵੀ ਸੀਗਾ ਨਾਲ, ਸੋ ਇੱਦਾਂ ਹੀ ਕਰਦੇ ਕਰਦੇ ਗੱਲ ਵੱਧ ਗਈ, ਸੋ ਸਾਨੂੰ ਆਪਣੇ ਦੱਸਣ ਲੱਗ ਗਏ, ਆਪਣੀ ਪਹੁੰਚ ਦੱਸਣ ਲੱਗ ਗਏ, ਸਾਨੂੰ ਇਹ ਦੱਸਣ ਲੱਗ ਗਏ ਕਿ ਮੈਂ ਪਾਣੀ ਲੈ ਕੇ ਦਿਖਾਉਂਦਾ, ਮਤਲਬ ਸਾਨੂੰ ਹੋਰ ਜਾਤੀਵਾਦ ਦੇ ਉੱਤੇ ਵੀ ਉਹਨਾਂ ਨੇ ਸਾਨੂੰ ਗੱਲ ਕੀਤੀ ਕਿ ਤੁਸੀਂ ਪੂਰੇ ਜਮਾਤ ਹੈਗੇ ਹਾਂ, ਤੁਹਾਨੂੰ ਅਸੀਂ ਆਓ ਤੁਹਾਡੇ ਵੀ ਅੱਗੇ ਪਾਣੀ ਅਸੀਂ ਲੈ ਕੇ ਦਿੰਦੇ, ਇੱਦਾਂ ਉੱਦਾਂ ਅਸੀਂ ਬਥੇਰੀ ਉਹਨਾਂ ਨੂੰ ਕਿਹਾ ਕਿ ਚਲੋ ਸਰ ਸਾਨੂੰ ਪਾਣੀ ਦੀ ਪ੍ਰੋਬਲਮ ਆ, ਤੁਸੀਂ ਪਾਣੀ ਕਿਤੇ ਹੋਰ ਪਾਸੇ ਅਰੇਂਜ ਕਰਾ ਦਿਓ। ਅੱਛਾ, ਇੰਨੀ ਦੇਰ ਨੂੰ ਗੱਲ ਹੋਈ ਅਤੇ ਇਹ ਪੰਜਾਬ 'ਚ ਸੰਨੀ ਲਗਾ ਲਓ ਵੀ ਸੰਨੀ ਆ, ਸੋ ਇਹਦੇ ਵਿੱਚ ਪੇੜ ਮਾਰ ਦਿੱਤੀ ਉਹਨੇ ਕਰਕੇ, ਅਤੇ ਇੰਨੀ ਦੇਰ ਨੂੰ ਉਹਨਾਂ ਦੇ ਕੁਝ ਹੋਰ ਬੰਦੇ ਵੀ ਆਏ, ਉਹ ਆ ਕੇ ਨਾਲ ਜਦੋਂ ਪਿੱਛੇ ਦੋ ਮਿੰਟ ਖੜ੍ਹੇ ਹੋਏ ਸੀ, ਸਾਡੇ ਤੋਂ ਸਾਡੇ ਉਹਨਾਂ ਨੇ ਇੱਟਾਂ ਮਾਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਇੰਨੀ ਦੇਰ ਨੂੰ ਰਾਹੁਲ ਬਾਜਵਾ ਉਹਨੇ ਆਪਣਾ ਜਾਨੀ ਕੱਢੀ ਤੋਂ ਉਹਨੇ ਫਾਇਰ ਵੀ ਕੀਤਾ, ਇਹਦੇ ਸਿਰ ਦੇ ਵਿੱਚ ਉਹਨਾਂ ਨੇ ਇੱਥੇ ਮਤਲਬ ਜਿਹੜਾ ਥੱਲੇ ਕੰਮ ਹੁੰਦਾ ਨਾ ਉਹ ਵੀ ਇਹਦੇ ਸਿਰ ਦੇ ਵਿੱਚ ਕਮਾ ਕੇ। ਅਕਸਰ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜੇ ਲਾਇਸੈਂਸੀ ਰਿਵਾਲਵਰ ਸੀ ਤੁਸੀਂ ਉਹਨਾਂ ਦੇ ਖੋ ਕੇ ਉਹਨਾਂ ਦੇ ਫਾਇਰ ਕੀਤਾ, ਉਹਨਾਂ ਦੇ ਉੱਤੇ ਫਾਇਰ ਤਾਂ ਨਹੀਂ, ਉਹਨਾਂ ਨੇ ਸਾਡੇ 'ਤੇ ਫਾਇਰ ਕੀਤਾ, ਉਹ ਤਾਂ ਪੂਰੀ ਗਲੀ ਉੱਥੇ ਗਵਾਹ ਵਾ ਸਰ, ਕੋਈ ਇੱਦਾਂ ਥੋੜ੍ਹੀ ਡਿਸਟਰਬ ਹੋਊਗਾ ਤਾਂ ਉਹਦੇ ਕੋਲ ਕੋਈ ਵੀ ਖੋਲੂਗਾ, ਇੱਦਾਂ ਹੋ ਸਕਦਾ ਵੀ ਕਿੰਨੇ ਪੈਸੇ ਸਾਡੇ ਕਿੰਨੇ ਪੈਸੇ ਰੱਖੇ ਹੋਏ ਸਾਡੇ ਸਰ ਕਾਫੀ ਬੰਦਿਆਂ ਨੇ ਇੱਟਾਂ ਪਾਈਆਂ ਸਰ। ਫਾਦਰ ਸਾਹਿਬ ਸਾਡੇ ਵਾਰਡ ਦੇ ਨਾਲ ਹੀ ਆਪਣਾ ਬਸਤੀ ਪੀਰਜ਼ਾ ਪੈਂਦਾ ਜੀ, ਸਾਡੀ ਰਾਜ ਦੇ ਨਾਲ ਹੀ ਹੈ ਜੀ, ਉੱਥੇ ਸਾਡੇ ਰੈਲੇਟਿਵ ਸੀਗੇ ਜੀ, ਉਹਨਾਂ ਨੇ ਪਾਣੀ ਦਾ ਕਨੈਕਸ਼ਨ ਲੈਣਾ ਸੀਗਾ, ਮਹੱਲਾ ਨਿਵਾਸੀ ਉਹਦਾ ਇਤਰਾਜ਼ ਕਰਨ ਦੇ ਸੀ ਕਿ ਅਸੀਂ ਪਾਣੀ ਦਾ ਕਨੈਕਸ਼ਨ ਨਹੀਂ ਲੈਣ ਦੇਣਾ, ਅਤੇ ਆਪਣੇ ਰੈਲੇਟਿਵ ਵੀ ਲੱਗਦੇ ਨੇ ਪਾਪਾ ਦੇ ਅਤੇ ਆਪਣੇ ਸਾਡੇ ਪਿੰਡਾਂ ਵੱਲਦੇ ਨੇ, ਲੇਡੀਜ਼ ਨੇ ਵਿਚਾਰੇ ਛੋਟਾ ਜਿਹਾ ਘਰ ਬਣਾ ਦੇ, ਮਹੱਲੇ ਦੇ ਇਤਰਾਜ਼ ਕਰਦੇ ਸੀ ਕਿ ਅਸੀਂ ਪਾਣੀ ਦੀ ਕਨੈਕਸ਼ਨ ਨਹੀਂ ਲੈਣਾ। ਇਹਨਾਂ ਦੇ ਵਿੱਚ ਇਹਨਾਂ ਨੂੰ ਫਾਦਰ ਸਾਹਿਬ ਨਾਲ ਬਹਿਸ ਬੂਸ ਹੋਈ ਹੈ, ਫਾਦਰ ਸਾਹਿਬ ਨਾਲ ਉਹਨਾਂ ਦੇ ਇੱਕ ਫਰੈਂਡ ਸੀਗੇ, ਅਤੇ ਉਹਨਾਂ ਨੇ ਮੈਨੂੰ ਮੈਸੇਜ ਆਇਆ ਕਿ ਤੁਸੀਂ ਇੱਥੇ ਆ ਜਾਓ, ਇੱਥੇ ਮਾਹੌਲ ਠੀਕ ਨਹੀਂ ਲੱਗ ਰਿਹਾ। ਮੇਰੇ ਜਾਣਦਾ ਨੂੰ ਡੈਡ ਨੂੰ ਗਾਲਾ ਜਵਾਬ ਮਾੜਾ ਚੰਗਾ ਬੋਲ ਦਿੰਦੇ ਸੀਗੇ, ਅਤੇ ਇੰਨੀ ਦੇਰ ਦੇ ਵਿੱਚ ਉਹ ਡੈਡ ਨੂੰ ਧੱਕੇ ਧੁੱਕੇ ਮਾਰਨ ਲੱਗ ਗਏ, ਉਹਨਾਂ ਨੇ ਡੈਡ ਦੇ ਸਿਰ 'ਤੇ ਤਰਪਾਨ ਮਾਰ ਦਿੱਤੀ, ਅਤੇ ਜਦੋਂ ਮੈਂ ਵਿੱਚ ਛਡਾਉਣ ਲੱਗਾ ਉਹਨਾਂ ਨੇ ਮੇਰੀ ਜੇਬ ਦੇ ਵਿੱਚ ਰਿਵਾਲਵਰ ਸੀਗੀ ਰਾਈਟ ਸਾਈਡ 'ਤੇ, ਉਹਨਾਂ ਨੇ ਮੇਰੀ ਰਿਵਾਲਵਰ ਲੈ ਲਈ। ਅਸੀਂ ਪੰਜ ਜਣੇ ਸੀਗੇ ਜੀ, ਉਹ ਸਾਰੀ ਬਸਤੀ ਵਾਹਵਾ ਜਾਣੇ ਸੀਗੇ, ਵਿੱਚੋਂ ਮੈਂ ਚਾਰ ਪੰਜ ਜਣਾਂ ਨੂੰ ਜਾਣਾ, ਉਹਨਾਂ ਨੇ ਮੈਨੂੰ ਪਿੱਛੋਂ ਜੱਫਾ ਪਾ ਕੇ ਮੈਨੂੰ ਥੱਲੇ ਸਿੱਟ ਲਿਆ, ਮੇਰੇ ਸਿਰ ਦੇ ਉੱਤੇ ਇੱਟਾਂ ਮਾਰੀਆਂ ਉਹਨਾਂ ਨੇ ਲੈਫਟ ਸਾਈਡ ਤੋਂ, ਅਤੇ ਮੈਨੂੰ ਮੇਰੇ ਉੱਤੇ ਚੜ੍ਹ ਕੇ ਪਿੱਛੋਂ ਮੇਰੀ ਕਮਰ 'ਤੇ ਬਹਿ ਗਏ। ਕੌਣ ਹੈ ਕੌਣ ਮੁੰਡੇ ਪਤਾ ਜੀ? ਮੁੰਡੇ ਜੀ ਹਾਂਜੀ, ਦੋ ਜੀ ਸੰਨੀ ਹੈ, ਦੋ ਮੁੰਡਿਆਂ ਦਾ ਨਾਂ ਸੰਨੀ ਹੈ ਜੀ, ਇੱਕ ਦਾ ਨਾਂ ਜੋਗਾ ਜੀ ਅਤੇ ਮਣੀ ਹੈ, ਅਤੇ ਇੱਕ ਹੈਗਾ ਜੀ ਆਪਣਾ ਡੈਨੀ, ਡੈਨੀ ਹੈ ਜੀ। ਇਹਨਾਂ ਨੂੰ ਮੈਂ ਪਛਾਣਦਾ, ਬਾਕੀ ਮੁੰਡਿਆਂ ਨੂੰ ਮੈਂ ਪਛਾਣਦਾ ਨਹੀਂ, ਮੁੰਡੇ ਵੀ 25 ਜਾਣੇ ਸੀਗੇ। ਤੁਹਾਡੀ ਰਿਵਾਲਵਰ ਕਰੇ ਰਿਵਾਲਵਰ ਵੀ ਜੀ ਉਹਨਾਂ ਕੋਲ ਹੀ ਹੈ ਮੇਰੇ, ਉਹਨਾਂ ਨੇ ਮੇਰੀ ਰਿਵਾਲਵਰ ਖੋ ਕੇ ਸਾਡੇ ਤੋਂ ਫਾਇਰ ਕੀਤਾ, ਪਰ ਗੋਲੀ ਸਾਡੇ ਲੱਗੀ ਨਹੀਂ। ਮੇਰੇ ਰਿਵਾਲਵਰ 'ਚ 5 ਗੋਲੀਆਂ ਸੀਗੀਆਂ ਜੀ, ਇੱਕ ਗੋਲੀ ਉਹਨਾਂ ਨੇ ਚਲਾਈ ਹੈ ਪਰ ਸਾਡੇ ਲੱਗੀ ਨਹੀਂ ਉੰਨੀ ਦੇਰ 'ਚ। ਚਲੋ ਉਹਨਾਂ ਦਾ ਰਿਵਾਲਵਰ ਮੇਰਾ ਉਹਨਾਂ ਕੋਲ ਹੀ ਹੈ ਜੀ, ਉਹਨਾਂ ਨੇ ਮੇਰਾ ਰਿਵਾਲਵਰ ਵੀ ਖੋਲਿਆ, ਸਾਨੂੰ ਮਾਰ ਕੇ ਸਾਨੂੰ ਉੱਥੇ ਵੀ ਉਹਨਾਂ ਨੇ ਫੜ ਕੇ ਬਾਹਰ ਆਇਆ ਸੀਗਾ ਜੀ। ਸਿਰਫ ਪਾਣੀ ਦੀ ਗੱਲ ਤਾਂ ਹੋਈ ਕਿ ਪੁਰਾਣੀ ਰੰਜਿਸ਼ ਹੋਈ? ਨਹੀਂ ਜੀ ਨਹੀਂ ਜੀ, ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ, ਉੱਥੇ ਕੋਈ ਸਾਡਾ ਰੈਲੇਟਿਵ, ਸਿਰਫ ਉਸ ਗੱਲ 'ਤੇ ਪਾਣੀ ਦੇ ਕਨੈਕਸ਼ਨ ਤੋਂ ਸਾਡੀ ਉਹਨਾਂ ਨਾਲ ਬਹਿਸ ਹੋਈ ਨਹੀਂ, ਤਾਂ ਅੱਜ ਤੱਕ ਸਾਡੀ ਕਦੀ ਕਿਸੇ ਨਾਲ ਬਹਿਸ ਨਹੀਂ ਹੈਗੀ। ਫਾਦਰ ਸਾਹਿਬ ਕਿੱਥੇ ਅਸ਼ਨ ਹੋ ਰਹੇ? ਫਾਦਰ ਸਾਹਿਬ ਜੀ ਮੇਰੇ ਉਹ ਐਡਮਿਟ ਹੈ, ਉਹਨਾਂ ਦੇ ਸਿਰ 'ਤੇ ਸੱਟਾਂ ਲੱਗੀਆਂ। ਪੁਲਿਸ ਕੰਪਲੇਂਟ ਕਰਤੀ? ਹਾਂਜੀ ਪੁਲਿਸ ਕੰਪਲੇਂਟ ਕਰਤੀ ਸੀ, ਪੁਲਿਸ ਸਾਰਾ ਪੁਲਿਸ ਆਈ ਮੌਕੇ 'ਤੇ, ਪੁਲਿਸ ਨੇ ਸਾਨੂੰ ਉੱਥੋਂ ਛਡਾਇਆ ਜੀ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ 98 729 0 14 31।